ਤੇਰੀ ਦਾ ਖਾਣਾ ਇੱਕ ਵਾਰੀ ਜੇ ਚੜ ਗਿਆ ਪਹਾੜਾ ਤੇਰਾ ਗੁੱਸਾ ਪੈਣਾ ਇੱਕ ਵਾਰੀ ਜੇ ਚੜ ਗਿਆ ਪਹਾੜਾ ਤੇਰਾ ਗੁੱਸਾ ਪੈਣਾ ਸੁਕੀਦਾਰ ਬਣਾ ਕੇ ਤੂੰ ਸੁਕੀਦਾਰ ਬਣਾ ਕੇ ਤੂੰ ਰਿਸ਼ਤੇ ਨਾਲ ਤੜਕਾ ਲਾ ਬਈ ਆ ਬਗਾ ਗੱਲ ਕਿ ਬਣਾ ਕੇ ਆਪਣੀ ਥੋੜੀ ਜਿਹੀ ਮਿਲ ਜੂ ਧਰਕੇ ਵੀ ਭੁੱਖੇ ਫਿਰਦੇ ਆ ਛੇਤੀ ਕਰ ਰਾਤੀ ਧਰਕੇ ਵੀ ਭੁੱਖੇ ਫਿਰਦੇ ਆ ਤੋਂ ਪਹਿਲਾਂ ਪਹਿਲਾਂ ਹੀ ਹੁੰਦੀਆਂ ਜਦੋਂ ਵਿਆਹ ਹੋ ਜਾਂਦਾ ਮਾਵਾਂ ਵੈਸੇ ਹੀ ਖੜਕ ਜਾਂਦੀਆਂ ਹਾਂ ਇਹਦਾ ਹਲ ਮਹੱਲਾ ਦਾ ਕਰਨਾ ਵਾ ਨਾ ਕਾਂ ਕਾਂ ਵੱਧ ਹੀ ਜਾਂਦਾ ਕਰਨ ਦਾ ਹਲਾ ਦੇ ਚਾਰ ਰੋਟੀਆਂ ਹਾਂ ਬੰਦੇ ਦੀ ਬਾਜੀ ਘਰੇ ਇੱਜ਼ਤ ਹੋਵੇ ਤਾਂ ਇੰਨੀ ਹੋਵੇ ਜਿੰਨੀ ਮੇਰੀ ਹੈ ਬਾਕੀ ਤੁਸੀਂ ਵੇਖੀ ਜਾਂਦੇ ਹਾਂ ਬੰਦੇ ਦਾ ਵਿਆਹ ਭਾਵੇਂ ਦੋ ਚਾਰ ਸਾਲ ਲੇਟ ਹੋ ਜਾਏ ਪਰ ਬੰਦੇ ਦੀ ਵਾਈਫ ਬੰਦੇ ਦੀ ਇੰਨੀ ਰਿਸਪੈਕਟ ਕਰਦੀ ਹੋਣੀ ਚਾਹੀਦੀ ਹੈ ਜਿੰਨੀ ਮੇਰੀ ਹੁੰਦੀ ਹੈ ਲਾਵੇ ਸਾਰ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਰੋਟੀ ਖਾਧੀ ਸੀ ਕੱਲ ਵੀ ਰੋਟੀ ਖਾਧੀ ਸੀ ਇੰਨਾ ਫਿਕਰ ਨਾ ਕਰਿਆ ਕਰ ਸੱਚੀ ਅੱਜ ਸਵੇਰ ਦੇ ਭੁੱਖੇ ਆ ਹਾਂ ਤੇ ਅੱਜ ਪਕੌੜੇ ਤੇ ਕਰੰਚ ਫ੍ਰਾਈਜ਼ ਖਾਧੇ ਸੀ ਨਹੀਂ ਮੈਂ ਨਹੀਂ ਖਾਂਦਾ ਜੀ ਤਲਿਆ ਤੁਲਿਆ ਦੇਖੋ ਮੈਂ ਤਾਂ ਰੋਟੀ ਖਾਂਦਾ ਹੁੰਦਾ ਹਾਂ ਤੇ ਛੇਤੀ ਛੇਤੀ ਲਾਹ ਦੇ ਚਾਰ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਹਾਂ ਇੰਨੀ ਬੇਇੱਜ਼ਤੀ ਕਰਾਈ ਦਿੰਦੀ ਘਰ ਵਾਲਿਆਂ ਤੋਂ ਹਾਂ ਮੈਨੂੰ ਪਤਾ ਸੀ ਇਹ ਜਵਾਬ ਨਹੀਂ ਦੇ ਸਕਦੇ ਸੱਚੀ ਬੜੀ ਸਿਆਣੀ ਬੜਾ ਪਿਆਰ ਕਰਦੀ ਆ ਉਹ ਖੜ ਜਾ ਸਰਪੰਚ ਸਾਹਿਬ ਨੂੰ ਹੋਰ ਵੀ ਤੇਰੇ ਗੁਣਾਂ ਬਾਰੇ ਚਾਨਣਾ ਪਾ ਦਈਏ ਥੋੜਾ ਜਿਹਾ
ਸਰਪੰਚ ਸਾਹਿਬ ਜਦੋਂ ਘਰ ਦੇ ਮੇਰੇ ਵਾਸਤੇ ਮੁੰਡਾ ਲੱਭਦੇ ਸੀ ਨਾ, ਮੈਂ ਦੱਸਿਆ ਸੀ ਵੀ ਮੈਨੂੰ ਕਿਹੋ ਜਿਹਾ ਮੁੰਡਾ ਚਾਹੀਦਾ, ਉਹ ਦੱਸਿਆ ਕੁਛ ਹੋਰ ਸੀ ਤੇ ਲਿਆਦਾ ਕੁਛ ਹੋਰ। ਹਾਂ ਮਤਲਬ ਵੀ ਕਹਿਣ ਦਾ ਉਸ ਤੋਂ ਚੰਗਾ ਲਿਆ ਤਾ, ਕਰਮਾਂ ਦੀ ਗੱਲ ਹੁੰਦੀ ਆ। ਲਾਟਰੀ ਨਿਕਲਿਆ ਮੇਰੀ ਤਾਂ ਇਹੋ ਜਿਹੀਆਂ ਲਾਟਰੀਆਂ ਨਿਕਲਣ ਲੱਗ ਗਈਆਂ ਤਾਂ ਤਰ ਗਿਆ ਆਪਣਾ ਪੰਜਾਬ। ਪਤਾ ਕੀ ਦੱਸਿਆ ਸੀ ਘਰਦਿਆਂ ਨੂੰ? ਦਾਰੂ ਨਾ ਪੀਂਦਾ ਹੋਵੇ, ਜਰਦਾ ਨਾ ਖਾਂਦਾ ਹੋਵੇ, ਸੁੱਕਾ ਨਾ ਲਾਉਂਦਾ ਹੋਵੇ, ਸਿਗਰੇ ਨਾ ਜਾਂਦਾ ਹੋਵੇ, ਦਾਰੂ ਨਾ ਪੀਂਦਾ ਹੋਵੇ, ਜਰਦਾ ਨਾ ਖਾਂਦਾ ਹੋਵੇ, ਸੁੱਕਾ ਨਾ ਲਾਉਂਦਾ ਹੋਵੇ, ਸਿਗਰੇ ਨਾ ਜਾਂਦਾ ਹੋਵੇ, ਇਹੋ ਜਿਹਾ ਢੋਲ ਤੇ ਪਰੋਣਾ ਮਾਏ ਮੇਰੀਏ, ਯਾਤਰੇ ਨੇ ਤੋੜ ਛੋਕਦੇ ਹੱਥ ਬਾਬੀਆਂ ਦੀ।
ਫੁਕਲੇ ਸਪੈਸ਼ਲ ਕੁਰਸੀ ਬੈਠਣ ਲਈ ਸਿੱਧੇ ਜਾਂਦੇ ਕੁਰਸੀ ਬੈਠਣ ਲਈ ਸਿੱਧੇ ਜਾਂਦੇ ਠੰਡੇ ਵਾਲੀਆਂ ਬੋਤਲਾਂ ਮੂਰੇ ਘਿਓ ਵਾਲੀਆਂ ਬੋਤਲਾਂ ਮੂਰੇ ਤੌਰ ਵੇਖ ਜੁੜ ਜਾਣ ਲੋਕਾਂ ਨੇ ਦੰਦ ਭਾਬੀਆਂ ਦੀ ਸੇਖੋ ਵਾਂਗੂ ਮਾਲਕ ਮਰਜੀ ਦਾ ਕਰਦੇ ਅਮਰੇ ਗੱਭਰੂ ਨੂੰ ਬਾਗਾ ਨੀ ਵਰਦੀ ਥੈਂਕ ਯੂ ਬਾਜੀ ਥੈਂਕ ਯੂ ਬਾਜੀ ਦੀਆਂ ਹੀ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਪਰ ਬੇਨਤੀ ਹੈ ਵੀ ਸਾਡਾ ਇਹ ਕੰਮ ਆ ਸਾਡਾ ਰੁਜ਼ਗਾਰ ਆ ਸਾਡਾ ਕਾਰੋਬਾਰ ਹੈ ਆ ਸਾਡੇ ਨਾਲ ਹੋਰ ਵੀ ਕਾਫੀ ਪਰਿਵਾਰ ਜਿਹੜੇ ਜੁੜੇ ਹੁੰਦੇ ਆ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਅਸੀਂ ਆਪਦਾ ਕੰਮ ਵੀ ਕਰਦੇ ਹਾਂ ਅਸੀਂ ਨਾਲ ਨਾਲ ਆਪਦਾ ਇੰਜੋਏ ਵੀ ਕਰਦੇ ਹਾਂ ਜ਼ਿੰਦਗੀ ਹੈ ਜਿਹੜੀ ਇਹਨੂੰ ਜ਼ਿੰਦਾਬਾਦ ਰੱਖਣ ਦੇ ਲਈ ਜ਼ਿੰਦਗੀ ਦੇ ਵਿੱਚ ਇੰਜੋਏ ਹੋਣਾ ਬਹੁਤ ਜ਼ਰੂਰੀ ਹੈ ਟੈਨਸ਼ਨ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਔਰ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਮੈਂ ਉਹਨੂੰ ਗਿਣਦਾ ਜਿਹਨੂੰ ਨੀਂਦ ਸੌਖੀ ਆ ਜਾਂਦੀ ਹੈ ਜਿਹਨੂੰ ਨੀਂਦ ਨਹੀਂ ਆਉਂਦੀ ਉਹਦੇ ਪੈਸੇ ਦਾ ਕੋਈ ਫਾਇਦਾ ਨਹੀਂ ਹਾਂ ਤਾੜੀ ਲਾ ਦਿਓ ਖੁੱਲ੍ਹ ਕੇ ਫਿਰ ਕੀ ਸਵਾਲ ਮੈਮ ਹੁੰਦੇ ਸਰਪੰਚ ਸਾਹਿਬ ਮੈਂ ਕਹਿੰਦਾ ਜੇ ਆਪਣੀ ਟੀਮ ਥੋੜ੍ਹੀ ਜਿਹੀ ਇੱਕ ਵਾਰੀ ਉੱਪਰ ਗੇੜਾ ਕਰ ਜਾਏ ਤਾਂ ਵੈਸੇ ਹੀ ਆ ਜਾਓ ਮੈਨੂੰ ਐਂ ਵੀ ਸਰਪੰਚ ਸਾਹਿਬ ਨਾਲ ਸਾਡੀ ਜਿਹੜੇ ਇੰਸਪੈਕਟਰ ਸਾਰੇ ਸਰਪੰਚ ਸਾਹਿਬ ਹੈ ਇਹਨਾਂ ਨਾਲ ਸਾਡੀ ਕੋਈ ਵੀਡੀਓ ਕੋਈ ਫੋਟੋ ਹੋਣੀ ਚਾਹੀਦੀ ਹੈ ਹਾਂ ਆਪਾਂ ਨਾਲ ਨਾਲ ਸਰਪੰਚੀ ਦਾ ਗਾਣਾ ਗਾਵਾਂਗੇ ਨਾਲ ਨਾਲ ਆਪਾਂ ਵੀਡੀਓ ਫੋਟੋ ਕਰਾਂਗੇ ਫੀਲਿੰਗ ਸਰਪੰਚੀ ਰਿਹਾ ਜਾਵੇ ਚੱਕੀ ਫਿਰਦਾ
ਕੱਦੂ ਨੀ ਵੱਡੇ ਖੱਬੀ ਖਾਂਦਾ ਵਾਜੀ ਵਾਜੀ ਅਵਤਾਰ ਸਿੰਘ ਜੀ ਲੰਬੜਦਾਰ ਸਾਹਿਬ ਸੋਰੀ ਓਮਕਾਰ ਸਿੰਘ ਜੀ ਲੰਬੜਦਾਰ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਮੁਹੱਬਤਾਂ ਕੇ ਤਾੜੀ ਲਾ ਖੁੱਲ ਕੇ ਆਹ ਸਾਡੇ ਸਰਪੰਚ ਸਾਹਿਬ ਜਸਪਾਲ ਕਲੇਰ ਜੀ ਇੱਕ ਖੁੱਲ ਕੇ ਤਾੜੀ ਲਾ ਦਿਓ ਤੇ ਪੁੱਠੀ ਨਾ ਕਿਲਜੇ
ਗਾਣਾ ਰਿਲੀਜ਼ ਕੀਤਾ ਸੀ ਜਦੋਂ ਥੋੜੇ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਸੀ। ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ ਕਿਹੜਾ ਸਾਹ ਆਖਰੀ ਹੋ ਜਾਵੇ। ਬੜਾ ਸੀਰੀਅਸ ਜਿਹਾ ਗਾਣਾ, ਬੜੇ ਧਿਆਨ ਨਾਲ ਸੁਣਨ ਵਾਲੀ, ਇੱਕ ਇੱਕ ਗੱਲ ਬੜੇ ਗੌਰ ਨਾਲ ਸੁਣਨ ਵਾਲੀ ਹੈ, ਧਿਆਨ ਨਾਲ ਸੁਣਿਓ। ਜਿਹੜੀ ਜ਼ਿੰਦਗੀ ਹੈ ਬੰਦੇ ਨੂੰ ਝੂਠ ਵਰਗੀ ਲੱਗਦੀ ਹੈ, ਲਾਰਿਆਂ ਵਰਗੀ ਲੱਗਦੀ ਹੈ, ਬੇਇਤਬਾਰਿਆਂ ਵਰਗੀ ਲੱਗਦੀ ਹੈ, ਪਰ ਜਿਹੜੀ ਤਾਰਿਆਂ ਦੀ ਲੋ ਹੈ, ਜਿਹੜੇ ਤਾਰੇ ਹੈ ਆਸਮਾਨ ਦੇ ਵਿੱਚ, ਉਹ ਰਾਤ ਨੂੰ ਪਤਾ ਨਹੀਂ ਕਿੱਥੋਂ ਆ ਜਾਂਦੇ ਅਤੇ ਸਵੇਰ ਨੂੰ ਪਤਾ ਨਹੀਂ ਕਿੱਥੇ ਚਲੇ ਜਾਂਦੇ। ਇਹ ਰੱਬ ਦੇ ਰੰਗਾਂ ਦਾ ਭੈਣ ਜੀ ਕਿਸੇ ਨੇ ਭੇਦ ਨਹੀਂ ਪਾਇਆ। ਸੋ ਝੂਠ ਜਿਹੀ ਤੇ ਲਾਰਿਆਂ ਵਰਗੀ ਲੱਗਦੀ, ਬੇਇਤਬਾਰਿਆਂ ਵਰਗੀ, ਸਮਝ ਨਹੀਂ ਆਉਂਦੀ ਤਾਰਿਆਂ ਦੀ, ਦਿਨ ਚੜ੍ਹਦੇ ਕਿੱਧਰ ਲੋ ਜਾਵੇ। ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ ਕਿਹੜਾ ਸਾਹ ਆਖਰੀ। ਹਾਂਜੀ ਲਾਰਿਆਂ ਵਰਗੀ ਲੱਗਦੀ, ਬੇਇਤਬਾਰਿਆਂ ਵਰਗੀ, ਝੂਠ ਜਹੀ ਤੇ ਲਾਰੇ ਵਰਗੀ ਲੱਗਦੀ, ਬੇਇਤਬਾਰਿਆਂ ਵਰਗੀ, ਸਮਝ ਨਹੀਂ ਆਉਂਦੀ ਤਾਰਿਆਂ ਦੀ, ਦਿਨ ਚੜ੍ਹਦੇ ਕਿੱਧਰ ਲੋ ਜਾਵੇ। ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
ਮੈਂ ਹੁਕਮ ਖੁਦਾ ਦਾ ਰੱਦ ਹੋਇਆ ਰਾਵਣ ਤੇ ਰਿਸ਼ੀਆਂ ਮੁਨੀਆਂ ਤੋਂ ਸੇਖੋਂ ਜੰਡ ਵਾਲਿਆਂ ਜੀ ਨਹੀਂ ਕਰਦਾ ਨਗਲੀ ਦੁਨੀਆਂ ਤੋਂ ਮੈਂ ਹੁਕਮ ਖੁਦਾ ਦਾ ਰੱਦ ਹੋਇਆ ਪ੍ਰਦੇਸ਼ਾਂ ਦੇ ਵਿੱਚ ਖੇਡਦੇ ਆ
ਸੋਹਣ ਸਿੰਘ ਗੋਪਾਲ ਰਾਮਾ ਨੇ ਝੋਲੀ ਦੇ ਵਿੱਚ ਤੁਹਾਨੂੰ ਇਹੋ ਜਿਹਾ ਫੁੱਲ ਪਾ ਦਿੱਤਾ, ਇਹੋ ਜਿਹੀ ਲੀਕ ਪਾ ਦਿੱਤੀ ਹੈ ਵੀ ਜਿਹੜੀ ਤੁਹਾਡੇ ਬਲੱਡ ਦੇ ਵਿੱਚ ਵਸੀ ਹੋਈ ਹੈ। ਤੁਸੀਂ ਦਿਲੋਂ ਪਿਆਰ ਕਰਦੇ ਹੋ ਕਿਰਪਾਲ ਸਿੰਘ ਜੀ ਪਾਲਾ ਮੌਲੀ ਵਾਲਾ, ਅੱਜ ਦੇ ਸਕਿੱਟ ਮੇਲੇ ਨੂੰ ਲਾਈਵ ਦੇਖ ਰਿਹਾ ਭਰਾ ਦਾ ਧੰਨਵਾਦ ਹੈ। ਵੱਡੀ ਕੁਸ਼ਤੀ ਦੀ ਸ਼ੁਰੂਆਤ ਆਉਣ ਲੱਗੀ ਹੈ, ਜੱਸਾ ਪਹਿਲਵਾਨ ਜੀ ਪੱਟੀ ਪੁੱਜ ਗਿਆ ਹੈ, ਦੂਸਰੇ ਪਾਸੇ ਮਾਲਕ ਕਹਿੰਦੇ ਆਵੇ ਵਿਜੇ ਪਹਿਲਵਾਨ ਜੀ ਸੋਨੀ ਪਾਤਾ, ਇਹਨਾਂ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਹੋਣੀ, ਤਾਲੀਆਂ ਵਾਂ ਆਪਦਾ ਜੋਰਦਾਰ ਹੈ। ਸਾਹਮਣੇ ਦੇਖਾਂਗੇ ਵਿਜੇ ਸੋਨੀ ਪਾਤਾ, ਨਿੱਕਾ ਨਾ ਜਾਣੇ ਸਿਆਣੇ ਕਹਿੰਦੇ ਸ਼ੈਣੀ ਜਿੰਨੀ ਮਰਜ਼ੀ ਛੋਟੀ ਹੋਵੇ ਗਾਡਰ ਬੜੇ ਬੜੇ ਵੱਢ ਦਿੰਦੀ ਹੈ, ਆਹ ਵੀ ਮਾਲਕ ਕਹਿੰਦੇ ਪੂਰਾ ਤਜਰਬੇਕਾਰ ਹੈ। ਜ਼ਿੰਦਗੀ ਦੀਆਂ ਭੁੱਲ ਜਾਂਦਾ ਤਸਵੀਰ ਜੀ ਕਰਨੀ ਜੀ ਪਾਕੇ ਤੁਸੀਂ ਸਟਾਰਟ ਹੋ ਗਈ ਜੀ। ਅੱਜ ਦੀ ਵੱਡੀ ਕੁਸ਼ਤੀ ਦੀ ਸ਼ੁਰੂਆਤ ਆਉਣ ਲੱਗੀ ਹੈ, ਵਿਜੇ ਸੋਨੀ ਪਾਤ ਇੱਕ ਵਾਰ ਹੱਥ ਖੜਾ ਕਰੇ, ਵਿਜੇ ਪਹਿਲਵਾਨ ਜੀ ਸੋਨੀ ਪਾਤ ਹੱਥ ਖੜਾ ਕਰੇ, ਦੂਸਰੇ ਪਾਸੇ ਦੱਸਣ ਦੀ ਲੋੜ ਨਹੀਂ, ਤਾੜੀਆਂ ਮਾਰ ਤੋਂ ਜੋੜਦਾ ਹੈ। ਆਹ ਪੱਟੀ ਵਾਲਾ ਜੱਸਾ ਵੱਡਾ ਮਾਲ, ਦੂਸਰੇ ਪਾਸੇ ਵਿਜੇ ਸੋਨੀ ਪਾਤ ਕੁਸ਼ਤੀ ਆਪ ਪਾ ਲੈਣੀ ਹੈ ਜੀ। ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਵੱਡੀ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਆਉਣ ਲੱਗੀ ਹੈ, ਇਹਦਾ ਚੰਗਾ ਅੱਜ ਵੀ 83 ਵਾਲੇ ਜਖਮ ਨੇ ਵਾਲੇ ਮਾਸ ਦੀਆਂ ਗੋਟੀਆਂ ਨੂੰ ਇੱਦਾਂ ਪਾ ਗਈਆਂ, ਉਹ ਜਿਹੜੇ ਇਨਾਮ ਦੇਣਾ ਹੈ ਉਹਨਾਂ ਵੱਲੋਂ ਹੈ ਗੁਰਮੀਤ ਸਿੰਘ ਜੀ ਵੱਲੋਂ ਆਲਮਗੀਰ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਹੈ, ਦੋਨਾਂ ਮੱਲਾਂ ਦੇ ਦਰਮਿਆਨ ਦੇਖਾਂਗੇ ਆਹ ਦੋ ਨੰਬਰ ਚੰਡੀ ਦੇ ਵਿੱਚ ਪੁਆਇੰਟ ਦੇ ਆਧਾਰ ਤੇ ਕੌਣ ਜਿੱਤਦਾ ਹੈ। ਉਧਰਲੇ ਪਾਸੇ ਪਹਿਲਾਂ ਸਾਡਾ ਭਰਾ ਕਾਲਾ ਰੁੜ ਕੇ ਵਾਲਾ ਕੁਸ਼ਤੀ ਦੀ ਦੇਖ ਰੇਖ ਕਰ ਰਿਹਾ ਹੈ, ਬਾਬਾ ਟੀਵੀ ਤੇ ਅੱਜ ਦਾ ਸ਼ਿੰਗ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਹੈ, ਸਾਰੀਆਂ ਸਤਿਕਾਰ ਤੇ ਸ਼ਸ਼ੀਨਾਂ ਦਾ ਧੰਨਵਾਦ ਹੈ ਜਿਹਨਾਂ ਨੇ ਅੱਜ ਦੇ ਸ਼ਿੰਗ ਮੇਲੇ ਨੂੰ ਵੱਡਾ ਮਾਣ ਤੇ ਸਤਿਕਾਰ ਦਿੱਤਾ ਹੈ। ਕਿ ਪੱਥਰਬਾਨ ਕਠੋਰ ਨਾ ਹੋਈਏ, ਦਿਲ ਵਿੱਚ ਤਰਸ ਜ਼ਰੂਰੀ ਹੈ, ਜਦ ਬੰਦੇ ਵਿੱਚ ਮੈਂ ਵੜ ਜਾਵੇ ਹਰ ਅਰਦਾਸ ਦੂਰੀ ਹੈ, ਜ਼ਿੰਦਗੀ ਧਲਦੀ ਸ਼ਾਮਾਂ ਵਰਗੀ ਤਰਸਾਂ ਲੋਕ ਪ੍ਰਭਾਤਾਂ ਨੂੰ ਸੁੱਚੀ ਲੋਕੋ ਠੋਕ ਕਰ ਨਾ ਮਾਰੀਏ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ। ਪਹਿਲਵਾਨ ਜੀ ਪੱਟੀ ਬੈਠੇ ਆ ਆਪਣੇ ਸਮੇਂ ਦੇ ਵੱਡੇ ਮਾਰ ਰਹੇ ਆ, ਵਿਜੇ ਪਹਿਲਵਾਨ ਜੀ ਫਗਵਾੜਾ ਬੈਠੇ, ਮਹਿੰਦਰ ਪਹਿਲਵਾਨ ਜੀ ਟਿੱਬੀ, ਉੱਧਰ ਕੁਲਵਿੰਦਰ ਸਿੰਘ ਜੀ ਕੋਲ ਰਾਣੀ ਵਾਲੇ ਸਰਦਾਰ ਪੱਤਰ ਬੰਦੇ ਆ, ਇਹ ਅਗਲੇ ਮਹੀਨੇ ਦੀ 21 ਤਰੀਕ ਨੂੰ ਵੱਡਾ ਦਿਨ ਹੋਣਾ, ਵੱਡੀਆਂ ਜ਼ਿੰਮੇਵਾਰੀਆਂ ਹੋਣਗੀਆਂ। ਗੁਰਾ ਫਰਪੋਤਾ ਜੀ ਸਾਡਾ ਰਮਨ ਪੰਥੀ ਖਾਲਸੇ ਨੂੰ ਸਾਡੇ ਨਾਲ ਭਰਾਵਾਂ ਨੇ ਦਰਸ਼ਨ ਹੋਏ ਆ, ਗੋਟੀ ਲੀਡਰ ਜਵਾਲਾ ਸਾਫ ਬੰਬੇ ਦੀ ਜਿਵੇਂ ਵੀ ਜਿੱਤੇ ਹੋਵੇ ਭਾਵੇਂ ਲੱਖਾਂ ਦੀ ਕਰਮ ਦੀ ਨਾਸ਼ਕਾਂ ਨੂੰ ਆਸ਼ਕੀ ਦੇ ਵਿੱਚ ਪਹਿਲੀ ਹਾਰ ਮਾਰ ਜਾਂਦੀ ਹੈ। ਪੁਆਇੰਟ ਦੇ ਆਧਾਰ ਤੇ ਮਾਲਕ ਕਹਿੰਦੇ ਜਗਾ ਆਲਮਗੀਰ ਵਾਲਾ ਐਨ ਕਹਿੰਦੇ ਕੁਸ਼ਤੀ ਦਾ ਮਾਲਕ ਜੇਤੂ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਸਰਕਾਰ ਦੇ ਸ਼ਸ਼ੀਨਾਂ ਦਾ, ਦੁਨੀਆਂ ਦੇ ਵੱਡੇ ਦੋ ਮਾਲ ਕੁਸ਼ਤੀ ਲੜ ਰਹੇ ਆਉਣ ਵਾਲੇ ਮਿੱਤਰਾਂ ਦੇ ਵੱਲੋਂ ਜਿਹੜੀ ਆ ਝੰਡੀ ਦੀ ਕੁਸ਼ਤੀ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ, ਦੇਖਾਂਗੇ ਕੌਣ ਜਿੱਤਦਾ ਕੌਣ ਹੁੰਦਾ ਗੱਲਾਂ ਸਮੇਂ ਦੀਆਂ। ਹਰ ਦਾਤ ਜੀ ਵੱਲੋਂ ਸ਼ਾਬਾਸ਼ ਕਿ ਹਰ ਵਾਰ ਜਗ੍ਹਾ ਤੇ ਵੀ ਧੱਕੇ ਸ਼ਾਹੀ ਨਹੀਂ ਚੱਲਦੀ, ਆਪਣੀ ਇੱਛਾ ਮਰਜ਼ੀ ਦੇ ਨਾਲ ਫਿਰਮਾ ਫੁੱਲਾਂ ਨੇ ਗੁਰਵੀਰ ਸਿੰਘ ਜੀ, ਸਨ ਆਫ ਸਰਦਾਰ ਰਜਿੰਦਰ ਸਿੰਘ ਜੀ, ਸਨ ਆਫ ਸਰਦਾਰ ਦਰਸ਼ਨ ਸਿੰਘ ਜੀ, ਫੋਲਾਂ ਵਾਲਿਆਂ ਵੱਲੋਂ ਕੀਤਾ ਜਾਂਦਾ ਜੀ, ਧੰਨਵਾਦ ਜੀ। ਹਾਂਜੀ ਹਾਂਜੀ ਸਰ ਜੀ, ਬਹੁਤ ਬਹੁਤ ਧੰਨਵਾਦ ਸਾਡੇ ਪਿਆਰੇ ਸਾਹਿਬ ਦਾ, ਜਿਹੜੀਆਂ ਸ਼ਸ਼ੀਦਾਂ ਪੁੱਜਦੀਆਂ ਜਾ ਰਹੀਆਂ ਨੇ ਉਹਨਾਂ ਆਪਣੇ ਮਾਈਕ ਤੋਂ ਮੁਖਾਲਿਫ ਕਰ ਰਹੇ, ਧੰਨਵਾਦ ਹੈ।
ਵੱਡੀ ਗੁਫਤੀ ਕਰਦੇ ਦੇਖਾਂਗੇ ਕੌਣ ਲੇਤਾ ਕੌਣ ਹਰਦਾ ਇਹਨਾਂ ਬੱਲਾਂ ਦੇ ਦਰਮਿਆਨ ਕਿ ਚੜੀ ਹੋਵੇ ਸਿਖਰ ਦੀਵਾਨ ਦੀ ਹੱਡਾਂ ਵਿੱਚ ਰੱਖੀ ਹੋਵੇ ਪਹਿਲਵਾਨ ਦੇ ਦੂਸਰੇ ਪਾਸੇ ਵਿਜੇ ਪਹਿਲਵਾਨ ਦੀ ਸੋਨੀਪਤ ਦੇ ਦਰਮਿਆਨ ਕੁਸ਼ਤੀ ਹੈ ਮਾਰੋ ਦਾਬੇ ਦੇ ਮਨੋ ਸ਼ਾਬਾਸ਼ ਐਨੂੰ ਬੱਚੇ ਮੰਨਣੇ ਦੋਨੇ ਦੋਨਾਂ ਮਨਾਂ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਆਓ ਮਤੋ ਮਾਰੋ ਦਾਬੇ ਦਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਨਾਲ ਜੋਰ ਦੇ ਮੁਲਕਾ ਲਾਏ ਗਿਆ ਮੁਲਤਾਨ ਕਸ਼ਮੀਰ ਪਿਸ਼ਾਬ ਚੰਬਾ ਜੰਮੂ ਕਾਂਗੜਾ ਕੋਟ ਨਲਾਏ ਗਿਆ ਹੁਣ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਖ ਆਪਣੀ ਨਾਮ ਦਾ ਜਿਸੇ ਨਾਲ ਜਮੇਵਰੀ ਨੂੰ ਹਾਰਿਆ ਉਹ ਕੀ ਬੰਦੇ ਬੰਦੇ ਆ ਹੱਥਾਂ ਦੇ ਵਿੱਚ ਨਿਕਲਿਆ ਜੇ ਸਵਾਦ ਆਉਂਦਾ ਤਾੜੀ ਮਾਰ ਕੇ ਬੋਲਦਾ ਵਾ ਮੰਡੀ ਦੇ ਕੰਡੇ ਨੂੰ ਤੋਲੇ ਨਾਲ ਗੱਲ ਕੀਤੀ ਹੈ ਇੱਥੇ ਨਾ ਦੱਸਿਆ ਨਹੀਂ ਨਿੱਕਾ ਨਾ ਜਾਣੋ ਸੈਣੀ ਜਿੰਨੀ ਮਰਜ਼ੀ ਛੋਟੀ ਹੋਵੇ ਕੱਟ ਬੜੇ ਬੜੇ ਬੰਦਾਂ ਨੇ ਕਦੇ ਕਿਹੜਾ ਜਾਣੇ ਰੰਗਾਂ ਨੂੰ ਜਿਉਂਦੇ ਕਿ ਚੌਂਕਾਂ ਦੇ ਵਿੱਚ ਗੋਬੇ ਧਰਦੇ ਦੇਖੇ ਨੇ ਵੱਤ ਬਦਲ ਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਰਿਵਾਰਾਂ ਦਾ ਨਾਮ ਲੈ ਲਈਏ ਜਿਹਨਾਂ ਵੱਲੋਂ ਝੰਡੀ ਦੀ ਕੁਸ਼ਤੀ ਨੂੰ ਪ੍ਰਾਈਜ਼ ਦਿੱਤਾ ਗਿਆ ਜੀ ਬੰਗਾ ਲੰਬਰਦਾਰ ਉਹਨਾਂ ਦਾ ਸਹਿਜਾਦਾ ਉਹਨਾਂ ਦੇ ਰਸਤੇ ਜਦੋਂ ਉਹਨਾਂ ਵੱਲੋਂ 500 ਰੁਪਏ ਦਾ ਕੁਸ਼ਤ ਇਨਾਮ ਜੀ ਕਹਿੰਦੇ ਤੋਂ ਸ਼ੁਕਰਗੁਜ਼ਾਰ ਜੀ ਗੋਬਿੰਦ ਬਦਲ ਜੀ ਗੋਬਿੰਦ ਸਿੰਘ ਇਹਨਾਂ ਦਾ ਲੜਕਾ ਜੀ ਬੱਗਾ ਲੰਬਰਦਾਰ ਜੀ ਉਹਨਾਂ ਵੱਲੋਂ 500 ਰੁਪਏ ਦਾ ਕੁਸ਼ਤ ਇਨਾਮ ਜੀ ਕਹਿੰਦੇ ਤੋਂ ਸ਼ੁਕਰਗੁਜ਼ਾਰ ਜੀ ਤੇ ਖਾਸ ਕਰਕੇ ਵਟਕੇ ਦੀ ਕੁਸ਼ਤੀ ਗੁਰਵੀਰ ਸਿੰਘ ਜੀ ਸਨ ਆਫ ਰਜਿੰਦਰ ਸਿੰਘ ਜੀ ਸਨ ਆਫ ਸਰਦਾਰ ਬਚਨ ਸਿੰਘ ਜੀ ਹੋਰ ਲੈਣ ਵਾਲਿਆਂ ਵੱਲੋਂ ਹੋਇਆ ਕਸਤੂਰੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮੋਮਬੱਤੀ ਦੇ ਕਿਰਾਏ ਕਦੇ ਰਿਜਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਔਰ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਉੱਪਰਲੇ ਪਾਸੇ ਪੱਟੀ ਵਾਲਾ ਜੱਸਾ ਵੱਡੀ ਕੁਸ਼ਤੀ ਚੱਲ ਰਹੀ ਹੈ ਦੋ ਮਾਲਕ ਕਹਿੰਦੇ ਭਰਵੇ ਹੈ ਦਸ ਸਿਰੇ ਦੀ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮਝਦੀਆਂ ਮਾਰੋ ਦਾਬੇ ਦੇ ਮੁੱਲੋਂ ਸ਼ਾਬਾਸ਼ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾਂ ਮਰਾਹ ਦੇ ਨਹੀਂ ਪਾਸ ਜਾ ਸਕਦਾ ਪਿਆਰਾ ਸਿੰਘ ਸ਼ੇਰ ਮਰ ਜਾਊ ਭੁੱਖ ਦੁੱਖੋਂ ਪਰ ਮਰਦਾ ਮਰਦਾ ਕਦੇ ਘਾਹ ਨਹੀਂ ਖਾ ਸਕਦਾ ਆਹ ਸਿਰੇ ਦੀ ਟੱਕਰ ਦੋ ਵੱਡੇ ਮਾਰਨ ਦੀ ਭਰ ਰਿਹਾ ਆਹ ਮਾਰਦੇ ਤਾੜੀਆਂ ਦੇ ਕੁਸ਼ਤੀ ਦਾ ਸਵਾਦ ਆਉਂਦਾ ਐਨ ਬੱਲੇ ਬੱਲੇ ਘਿਰਾ ਦਿੱਤੀ ਹੈ ਮੁੰਡੇ ਨੇ ਪੰਜਾਬੀ ਦਾ ਅੱਖਾ ਬਣਾ ਕੇ ਰੱਖ ਲਿੱਤਾ ਆਹ ਸਿਰੇ ਦੀ ਕੁਸ਼ਤੀ ਜਾ ਰਹੀ ਬੀਜੇ ਪਹਿਲਵਾਨ ਜੀ ਸੋਨੀ ਪਾਤਾ ਜੱਸਾ ਪਹਿਲਵਾਨ ਜੀ ਪੱਟੀ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਹੈ ਦੇਖਾਂਗੇ ਕੌਣ ਜਿੰਦਾ ਕੌਣ ਆਉਂਦਾ ਗੱਲਾਂ ਸਮਝਦੀਆਂ ਬਾਹਰੋਂ ਤਾਂ ਬਈ ਦੋਨਾਂ ਮਨਾਂ ਨੂੰ ਬੇਨਤੀ ਅਸਰ ਜਾ ਕੇ ਸਵਾਦ ਪਕੜਾਓ ਗੁਰਦਾਵਰ ਸਿੰਘ ਜੀ ਨੇ ਪਤਾ ਤਿਆਰੀ ਵਾਲੇ ਉਹਨਾਂ ਵੱਲੋਂ ਪਹੁੰਚਣ ਕਰਕੇ ਦਾ ਕੁਰਸ ਨਾਮ ਜੀ ਪਹਿਲੇ ਤੋਂ ਸ਼ੁਕਰਗੁਜ਼ਾਰ ਜੀ ਹੋਰ ਮੇਰੇ ਸਾਥੀਆਂ ਵੱਲੋਂ ਆ ਕੁਰਸ ਨਾਮ ਪਹਿਲੇ ਤੋਂ ਸ਼ੁਕਰਗੁਜ਼ਾਰ ਜੀ ਹਾਂਜੀ ਸਤਾਰ ਜੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਸ਼ਖਸੀਤਾਂ ਵੱਲੋਂ ਵੱਡੇ ਮਾਨ ਤੇ ਸਨਮਾਨ ਸਾਡੇ ਪਿਆਰੇ ਸਾਹਿਬ ਦੇ ਕੀਤੇ ਜਾ ਰਹੇ ਆ ਉਹਨਾਂ ਪਰਿਵਾਰਾਂ ਦਾ ਦਿਲੋਂ ਧੰਨਵਾਦ ਹੈ ਕਿ ਉਸ ਤੀਰ ਨੂੰ ਵੀ ਕਿ ਤੀਰ ਕਹਿਣਾ ਚੁੱਕ ਜਾਂਦਾ ਜਿਹੜਾ ਨਿਸ਼ਾਨਿਆਂ ਤੋਂ ਅੱਜ ਭਲਕੇ ਉਹਨੇ ਖੁਆਰ ਹੋਣਾ ਤੇ ਆਸ ਰੱਖੇ ਜੋ ਬੇਜਵਾਨਿਆਂ ਤੋਂ
ਬੰਦੇ ਹਿੰਮਤ ਠੀਕ ਹੈ ਜੀ, ਥੈਂਕ ਯੂ ਕਰਨ ਹੁਣ ਤਾਂ ਹੋ ਗਿਆ ਕੰਮ ਲਾ ਕੇ। ਰਮੀਤ ਸਿੰਘ ਜੀ, ਰਜਿੰਦਰ ਸਿੰਘ ਜੀ, ਸਰਦਾਰ ਬਹਾਦਰ ਸਰਦਾਰ ਦਰਸ਼ਨ ਸਿੰਘ ਜੀ ਹੋਰ ਨਿਰਮਾਣਿਆਂ ਵੱਲੋਂ ਗੁਰਸਤ ਰਾਮ ਜੀ ਪਹਿਲ ਤੋਂ ਸ਼ੁਕਰ ਗੁਜ਼ਾਰ ਜੀ। ਹਾਂਜੀ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ, ਵੱਡੀ ਕੁਸ਼ਤੀ ਮਾਰਦੇ ਤਾੜੀਆਂ ਹੋ ਗਈ ਬੱਲੇ ਬੱਲੇ। ਆਓ ਸਾਹਮਣੇ ਸਾਹਮਣੇ ਗੁਰੂ ਨਿਕਲਣਾ ਜਾ ਰਿਹਾ, ਵਿਜੇ ਪਹਿਲਵਾਨ ਜੀ ਸੋਨੀਪਤ, ਦੂਜੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ। ਇਹ ਪੱਟੇ ਜਾਂਦੇ ਨੇ ਪਹਾੜ ਹੁੰਦੇ ਜੰਗਲ ਬਾਦ ਨੇ, ਅੱਗ ਬਰਫਾਂ ਚ ਲਾਉਣੀ ਸਾਡੇ ਜਿਗਰੇ ਫਲਾ ਦੇਣੇ, ਆਪੇ ਰਾਖੀ ਸਾਡੀ ਕਰੂਗਾ ਕਾਲ ਬੱਲਿਆ। ਉਹ ਮਾੜੇ ਟਾਈਮ ਦੀ ਚੁਕਾ ਦਿਆਂਗੇ ਸ਼ਾਲ ਬੱਲਿਆ, ਆ ਮਾੜੇ ਟਾਈਮ ਦੀ ਚੁਕਾ ਦਿਆਂਗੇ ਸ਼ਾਲ ਬੱਲਿਆ। ਅੱਜ ਦੇ ਟਾਈਮ ਚ ਬੱਲਾ ਦਾ ਦੌਰ ਚੱਲਦਾ, ਸਮਾਂ ਚੱਲਦਾ, ਕਈ ਦਿਨੇ ਪਾਸੇ ਪੱਟੀ ਵਾਲਾ ਤੇ ਦੂਸਰੇ ਪਾਸੇ ਆ ਵਿਜੇ ਸੋਨੀ ਪਾ ਤਾੜੀਆਂ ਮਾਰਦੇ ਜੋਰਦਾ ਦੋਨਾਂ ਭਲਵਾਨਾਂ ਦੇ ਲਈ। ਦੋਨੇ ਮੱਲ ਆਪਣੇ ਦੇ ਦਰਸ਼ਨ ਹੋਏ ਆ, ਗੋਰਾ ਪੁਰਪੋਤੇ ਵਾਲਾ ਗੋਡਿਆਂ ਪਾ ਧੰਨਵਾਦ ਆਖਾਂਗੇ ਕਿ ਪੈਰਾਂ ਦੇ ਵਿੱਚ ਬਹਿ ਕੇ ਹੀ ਗੁਣ ਲੈਣਾ ਪੈਂਦਾ ਹੈ। ਜਿਹਨੇ ਮਰਜ਼ੀ ਇਹਨਾਂ ਇਲਾਜ ਦੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਤਾਪ ਦੀ ਕੁਸ਼ਤੀ ਚੱਲੀ, ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ। ਪਹਿਲਾਂ ਸਮੇਂ ਦੀਆਂ ਪਹਿਲਾਂ ਪਹਿਲਵਾਨ ਦੀ ਕਾਂਗਾਂ ਤੇ ਸੀਆਂ ਤੇ ਦੂਸਰੇ ਪਾਸੇ ਕਾਲਾ ਭਰਾ ਹੋਰ ਕਾਲਾ ਮਰਾਜ ਦੀ ਕੁਸ਼ਤੀ ਦੀ ਦੇਖ ਰੇਖ ਕਰ ਰਿਹਾ, ਦੋਨਾਂ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ। ਇਹ ਆਉਣਾ ਸਲਾਮ ਤਾੜੀਆਂ ਮਾਰਦੇ ਜੋੜਦਾ ਹੈ। ਇਸ ਫੈਸਲੇ ਨੂੰ ਮੰਨਣਾ ਜੋ ਰੈਫਰੀ ਕਹਿੰਦੇ ਨੇ, ਰੈਫਰੀ ਦਾ ਫੈਸਲਾ ਕਰਨਾ ਇੱਧਰ ਪਾਣੀ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਬਾਹਰ ਬੈਠਿਆਂ ਦਾ ਜੋਰ ਦਾ ਕਰਦੇ ਆ ਰਮਣ, ਉਹਨਾਂ ਦਾ ਇਹਨਾਂ ਨੂੰ ਪਾਣੀ ਭਰਾ ਦਈਏ। ਬਹੁਤ ਬਹੁਤ ਸਤਿਕਾਰ ਹੈ। ਆਓ ਸਾਹਮਣੇ ਕੁਸ਼ਤੀ ਦਾ ਯੁੱਧ ਚੱਲਦਾ, ਵੱਡੀ ਕੁਸ਼ਤੀ ਚੱਲ ਰਹੀ ਹੈ, ਉੱਪਰ ਪਾਸੇ ਪੱਟੀ ਵਾਲਾ ਦੇ ਸਾਹਮਣੇ ਪਾਸੇ